ਨਮਸਕਾਰ ਖਬਰਾਂ ਦਾ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪਹਿਲਾ ਪੇਸ਼ ਨੇ 49ਵੀਂ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਨੁਸਾਰ ਵਿਕਸਿਤ ਭਾਰਤ 2047 ਹਰ ਭਾਰਤੀ ਦੀ ਇੱਛਾ ਨੀਤੀ ਆਯੋਗ ਦੀ ਨਵੀਂ ਦਿੱਲੀ ਚ ਹੋਈ ਗਵਰਨਿੰਗ ਕਾਉਂਸਲ ਦੀ 9ਵੀਂ ਮੀਟਿੰਗ ਦੌਰਾਨ ਵੱਖ-ਵੱਖ ਖੇਤਰਾਂ ਨਾਲ ਕੀਤੀ ਚਰਚਾ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਹਾਜ਼ਰ ਮੁੱਖ ਮੰਤਰੀਆਂ ਨੂੰ ਬੋਲਣ ਲਈ ਬਰਾਬਰ ਦਾ ਸਮਾਂ ਦਿੱਤਾ ਗਿਆ। ਪੱਤਰ ਸੂਚਨਾ ਦਫ਼ਤਰ ਨੇ ਮੀਟਿੰਗ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਾਲ ਜੀ ਵੱਲੋਂ ਮਾਈਕ ਬੰਦ ਕਰਨ ਦੇ ਦਾਅਵੇ ਨੂੰ ਨਕਾਰਿਆ। ਕੇਂਦਰ ਸਰਕਾਰ ਦੀ ਡਰੋਨ ਦੀ ਦੀ ਯੋਜਨਾ ਨਾਲ ਪੰਜਾਬ ਦੀਆਂ ਮਹਿਲਾਵਾਂ ਵੀ ਹੋ ਰਹੀਆਂ ਸਸ਼ਕਤ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣ ਪੰਜਾਬ ਦੀ ਸਿੰਜਾਈ ਲੋੜਾਂ ਦੀ ਪੂਰਤੀ ਲਈ ਨਵੀਂ ਨਹਿਰ ਮਾਲਵਾ ਕੈਨਾਲ ਦੀ ਪੁਟਾਈ ਦਾ ਕੀਤਾ ਦਾਵਾ। ਰੇਲਵੇ ਵਿਭਾਗ ਦੇ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਮੈਨੇਜਰ ਸੰਜੇ ਸਾਹੂ ਨੇ ਕਿਹਾ ਕਿ ਬਜਟ ਤੇ ਪੰਜਾਬ ਦੇ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰੱਖੀਆਂ ਗਈਆਂ ਰਕਮਾਂ ਜੇ ਹੋਇਆ ਏ ਜ਼ਬਰਦਸਤ ਬਾਤ ਆ। ਤੇ ਹੁਣ ਖਬਰਾਂ ਵਿਸਤਾਰ ਨਾਲ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 9ਵੀਂ ਮੀਟਿੰਗ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ 2047 ਤੱਕ ਇੱਕ ਵਿਕਸਤ ਦੇਸ਼ ਬਣਾਉਣ ਤੇ ਧਿਆਨ ਦਿੱਤਾ ਗਿਆ ਹੈ ਮੀਟਿੰਗ ਦੌਰਾਨ ਵਿਕਸਤ ਭਾਰਤ ਦੇ ਵਿਜ਼ਨ ਦਸਤਾਵੇਜ਼ ਲਈ ਇਰਾਦੇ ਦੇ ਪੱਤਰ ਤੇ ਵਿਚਾਰ ਕੀਤਾ ਗਿਆ ਨੀਤੀ ਆਯੋਗ ਨੇ ਕਿਹਾ ਕਿ ਮੀਟਿੰਗ ਦਾ ਮੰਤਵ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਕਾਰ ਭਾਗੀਦਾਰੀ, ਸ਼ਾਸਨ ਅਤੇ ਸਹਿਯੋਗ ਨੂੰ ਚਾਹਤ ਕਰਨਾ ਅਤੇ ਪੇਂਡੂ ਤੇ ਸ਼ਹਿਰੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਮੀਟਿੰਗ ਦੌਰਾਨ ਵਿਕਸਿਤ ਭਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਸੂਬਿਆਂ ਦੀ ਭੂਮਿਕਾ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਤਹਾਕਾ ਤਕਨੀਕੀ ਅਤੇ ਪੌਂਕ ਸਿਆਸੀ ਬਦਲਾਵਾਂ ਦੇ ਨਾਲ-ਨਾਲ ਮੌਕਿਆਂ ਦਾ ਵੀ ਹੈ। ਭਾਰਤ ਨੂੰ ਇਨਾ ਮੌਕਿਆਂ ਦਾ ਲਾਹਾ ਲੈਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀਆਂ ਨੀਤੀਆਂ ਕੋਮਾਂਤਰੀ ਪੂੰਜੀਕਾਰੀ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਬਣਾਉਣੀਆਂ ਚਾਹੀਦੀਆਂ ਨੇ ਪ੍ਰਧਾਨ ਮੰਤਰੀ ਨarendra Modi ਨੇ ਕਿਹਾ ਕਿ ਅਸੀਂ 100 ਸਾਲ 'ਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨੂੰ ਹਰਾਇਆ ਹੈ ਮੀਟਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਤੋਂ ਇਲਾਵਾ ਅਹੁਦੇਦਾਰ ਮੈਂਬਰ ਅਤੇ ਵਿਸ਼ੇਸ਼ ਸੱਦੇ ਮੈਂਬਰ ਦੇ ਰੂਪ 'ਚ ਕੇਂਦਰੀ ਮੰਤਰੀਆਂ ਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਰਮਨ ਨੇ ਸਿੱਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਕਿਸੇ ਦਾ ਮਾਈਕ ਵੀ ਬੰਦ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਹਰ ਮੁੱਖ ਮੰਤਰੀ ਨੂੰ ਬੋਲਣ ਲਈ ਟੁਕਮਾ ਸਮਾਂ ਦਿੱਤਾ ਗਿਆ। ਓਨਰੇਬਲ ਚੀਫ ਮਿਨਿਸਟਰ ਆਫ ਵੈਸਟ ਬੰਗਾਲ ਮਮਤਾ ਬੈਨਰਜੀ ਵਾਸ ਹੇਅ ਅਟੈਂਡਿੰਗ ਦ ਨੀਤੀ ਆਯੋਗ ਮੀਟਿੰਗ which is being uh, under the chairmanship of honorable prime minister. Uh, we all heard her um, even as she spoke every chief minister was given an allotted time and that was displayed on the uh, screen which was present before every table we could see two tables would have a screen before us and we could see before us the respective chief Ministers speaking so did we watch so many chief ministers speaking as was mamta um, banerjee also speaking but apparently ਦੂਜੇ ਪਾਸੇ ਪੱਤਰ ਸੂਚਨਾ ਦਫ਼ਤਰ ਯਾਨੀ ਪੀ ਆਈ ਬੀ ਦੇ ਅਧੀਨ ਘਟਿਤ ਕੇਂਦਰੀ ਤੌਰ ਤੇ ਅਧਿਕਾਰਤ ਪੀ ਆਈ ਬੀ ਫੈਕਟ ਚੈੱਕ ਨੇ ਵੀ ਮਮਤਾ ਬੈਨਰਜੀ ਵੱਲੋਂ ਮਾਈਕ ਬੰਦ ਕਰਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਮੀਟਿੰਗ ਨੂੰ ਛੱਡ ਕੇ ਬਾਹਰ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਉਹਨਾਂ ਦਾ ਮਾਈਕ੍ਰੋਫੋਨ ਬੰਦ ਹੋ ਗਿਆ ਸੀ ਪੀ ਆਈ ਬੀ ਫੈਕਟ ਚੈੱਕ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ ਘੜੀ ਸਿਰਫ ਇਹ ਦਿਖਾ ਰਹੀ ਸੀ ਕਿ ਉਹਨਾਂ ਦੇ ਬੋਲਣ ਦਾ ਸਮਾਂ ਹੋ ਗਿਆ ਹੈ ਇਸ ਨੂੰ ਚਿੰਨਤ ਕਰਨ ਲਈ ਘੰਟੀ ਵੀ ਨਹੀਂ ਵਜਾਈ ਸੁਪਰੀਮ ਕੋਰਟ ਦੇ ਜਸਟਿਸ ਸੂਰਜਕਾਂਤ ਨੇ ਨਾਗਰਿਕਾਂ ਨੂੰ 29 ਜੁਲਾਈ ਤੋਂ 3 ਅਗਸਤ ਤੱਕ ਚੱਲਣ ਵਾਲੇ ਵਿਸ਼ੇਸ਼ ਲੋਕ ਅਦਾਲਤ ਹਫ਼ਤੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪ੍ਰਸਾਰ ਭਾਰਤੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਜਸਟਿਸ ਸੂਰਜਕਾਂਤ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਵਿਸ਼ੇਸ਼ ਲੋਕ ਅਦਾਲਤ ਵਿੱਚ ਵਿਆਹ ਤੇ ਜਾਇਦਾਦ ਦੇ ਝਗੜਿਆਂ, ਮੋਟਰ ਦੁਰਘਟਨਾਵਾਂ ਦੇ ਦਾਅਵਿਆਂ ਜ਼ਮੀਨ ਸਪੁਰਦਗੀ ਦੇ ਮੁਆਵਜ਼ੇ ਸੇਵਾ ਤੇ ਮਜ਼ਦੂਰੀ ਦੇ ਮੁੱਦਿਆਂ ਸਮੇਤ ਨਿਪਟਾਉਣ ਯੋਗ ਮਸਲਿਆਂ ਨੂੰ ਖੇਮੇਬਾਜ਼ੀ ਤੋਂ ਹਟ ਕੇ ਸ਼ਾਮਲ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦੌਰਾਨ ਵੀਡੀਓ ਕਾਨਫਰencing ਰਾਹੀਂ ਦੂਰ ਦਰਾਡੇ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਸ਼ਾਰਾ ਮੰਤਰੀ ਨਿਤਿਨ ਗੜકરી ਨਾਲ ਮੁਲਾਕਾਤ ਕੀਤੀ ਇਸ ਦੌਰਾਨ ਮੀਥੇਰ ਨੇ ਸੰਗਰੂਰ ਸੰਸਦੀ ਹਲਕੇ ਨਾਲ ਸਬੰਧਤ ਕੌਮੀ ਹਾਈਵੇ ਪ੍ਰੋਜੈਕਟਾਂ ਤੇ ਤਿੰਨ ਅਹਿਮ ਮਸਲੇ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਉਂਦੇ ਮੀਤ ਹੇਅਰ ਨੇ ਬਰਨਾਲਾ ਮੋਗਾ ਕੌਮੀ ਮਾਰਗ 703 ਉਤੇ ਚੀਮਾ ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਰੱਖੀ ਇਸੇ ਤਰ੍ਹਾਂ ਬਰਨਾਲਾ ਸੰਗਰੂਰ ਕੌਮੀ ਮਾਰਗ 64 ਉਤੇ ਬਟਬਰ ਪਿੰਡ ਵਿਖੇ ਫਲਾਈਓਵਰ ਬਣਾਉਣ ਅਤੇ ਬਰਨਾਲਾ ਤੋਂ ਮੋਗਾ ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉਤੇ ਸ਼ਹਿਰ ਤੋਂ ਬਾਈਪਾਸ ਨਾਲ ਜੁੜਦੀਆਂ ਦੋ ਸੜਕਾਂ ਨੂੰ ਚੌੜੀਆਂ ਕਰਨ ਦੀ ਮੰਗ ਰੱਖੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਲੋਕ ਸਭਾ ਮੈਂਬਰ ਮੀਥੇਰ ਵੱਲੋਂ ਚੁਕੇ ਤਿੰਨੋਂ ਮਸਲਿਆਂ ਤੇ ਹਾਂ ਪੱਖੀ ਰਵੱਈਆ ਰੱਖਦੇ ਹੋਏ ਇਹਨਾਂ ਦੇ ਹਲਦਾ ਭਰੋਸਾ ਦਿਵਾਇਆ ਦੇਸ਼ ਵਿੱਚ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਨરેન્દ્ર મોદી ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਸ਼ੁਰੂ ਕੀਤੀ ਗਈ ਡਰੋਨ ਦੀਦੀ ਯੋਜਨਾ ਹੇਠ ਦੇਸ਼ ਭਰ ਦੀਆਂ ਯੋਗ ਮਹਿਲਾਵਾਂ ਨੂੰ ਡਰੋਨ ਚਲਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਦਾ ਮਕਸਦ ਇਹਨਾਂ ਔਰਤਾਂ ਨੂੰ ਆਤਮ ਨਿਰਭਰ ਦੇ ਨਾਲ ਨਾਲ ਸਸ਼ਕਤ ਬਣਾਉਣਾ ਹੈ ਇਹਨਾਂ ਵਿੱਚੋਂ ਹੀ ਇੱਕ ਮਹਿਲਾ ਲੁਧਿਆਣਾ ਦੇ ਪਿੰਡ ਬਰੁੰਦੀ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਵੀ ਇਸ ਯੋਜਨਾ ਹੇਠ ਸਿਖਲਾਈ ਲਈ ਤੇ ਹੁਣ ਉਹ ਆਪਣੇ ਪੈਰਾਂ ਤੇ ਖੜੀ ਹੈ ਪੇਸ਼ ਹੈ ਇੱਕ ਰਿਪੋਰਟ ਖੇਤਾਂ ਵਿੱਚ ਡਰੋਨ ਨਾਲ ਨੈਨੋ ਯੂਰੀਆ ਦਾ ਛਿੜਕਾਅ ਕਰ ਰਹੀ ਇਹ ਮਹਿਲਾ ਲੁਧਿਆਣਾ ਦੇ ਪਿੰਡ ਬੜੂੰਦੀ ਦੀ ਰਹਿਣ ਵਾਲੀ ਮਨਦੀਪ ਕੌਰ ਏ ਜੋ ਆਪਣੀ ਪ੍ਰਤਿਭਾ ਕਰਕੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੋਨ ਲੇਡੀ ਦੇ ਨਾਂ ਨਾਲ ਮਸ਼ਹੂਰ ਏ ਮਨਦੀਪ ਦਾ ਕਹਿਣਾ ਹੈ ਕਿ ਇਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਮਹਿਲਾ ਸਸ਼ਕਤੀਕਰਨ ਡਰੋਨ ਦੀਦੀ ਸਦਕਾ ਹੀ ਸੰਭਵ ਹੋ ਸਕਿਆ ਹੈ ਡਰੋਨ ਵਾਲੇ ਸਾਨੂੰ IFCO ਦੁਆਰਾ ਦੱਸਿਆ ਗਿਆ ਕਿ ਡਰੋਨ ਪਾਇਲਟ ਦੀ ਟ੍ਰੇਨਿੰਗ ਸਟਾਰਟ ਹੋਈ ਹੈ ਤੇ ਇਹ ਸਾਡੇ ਪ੍ਰਧਾਨ ਮੰਤਰੀ ਜੀ ਦੀ ਸਕੀਮ ਸੀਗੀ ਮਹਿਲਾ ਸਸ਼ਕਤੀਕਰਨ ਡਰੋਨ ਦੀ ਦੀ ਤੇ ਉਹਦੇ ਵਿੱਚ ਪਹਿਲਾਂ ਮੇਰੀ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਤੇ ਫਿਰ ਅਸੀਂ 15 ਦਿਨ ਦੀ ਟ੍ਰੇਨਿੰਗ ਜਿਹੜੀ ਹੈ ਉਹ ਮਾਨੇਸਰ ਗੁਰੂਗ੍ਰਾਮ ਦੇ ਵਿੱਚ ਜਾ ਕੇ ਲਈ ਜਿੱਥੇ ਸਾਨੂੰ ਡਰੋਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ ਸਾਡੀ ਟ੍ਰੇਨਿੰਗ 15 ਦਿਨ ਦੀ ਸੀ ਜਿੱਥੇ ਸਾਡੀਆਂ ਸਾਨੂੰ ਥਿਊਰੀ ਕਰਵਾਈ ਗਈ ਤੇ ਫੀਲਡ ਦੇ ਵਿੱਚ ਜਾ ਕੇ ਡਰੋਨ ਫਲਾਈ ਕਰਨਾ ਸਿਖਾਇਆ ਗਿਆ ਤੇ ਇਹਦੇ ਲਈ ਮੈਂ ਧੰਨਵਾਦ ਕਰਨਾ ਚਾਹਾਂਗੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੇ ਜਦੋਂ ਦੀ ਮੈਂ ਡਰੋਨ ਪਾਇਲਟ ਬਣੀ ਹੈ ਜੀ ਮੇਰਾ ਕੰਫੀਡੈਂਸ ਵੀ ਬਹੁਤ ਵਧਿਆ ਹੈ ਤੇ ਮੇਰੀ ਇਨਕਮ ਵੀ ਬਹੁਤ ਇਨਕਰੀਜ਼ ਹੋਈ ਹੈ। ਮਨਦੀਪ ਕੌਰ ਦਾ ਕਹਿਣਾ ਹੈ ਕਿ ਡਰੋਨ ਦਾ ਖੇਤੀ ਵਿੱਚ ਇਸਤੇਮਾਲ ਕਰਕੇ ਨਾ ਸਿਰਫ ਸਮੇਂ ਦੀ ਬਚਤ ਹੁੰਦੀ ਹੈ ਸਗੋਂ ਪਾਣੀ ਅਤੇ ਲੇਬਰ ਦੇ ਖਰਚੇ ਵੀ ਘੱਟ ਹੁੰਦੇ ਨੇ। ਜੀ ਇਹਦੇ ਨਾਲ ਕੀ ਆਪਣੀ ਸਮੇਂ ਦੀ ਬਚਤ ਹੋਏਗੀ। ਠੀਕ ਹੈ ਤੇ ਪਾਣੀ ਦੀ ਵੀ ਬਚਤ ਬਹੁਤ ਹੋਏਗੀ ਤੇ ਇਹਦੇ ਨਾਲ ਕੀ ਆਪਣੀ ਲੇਬਰ ਕੋਸਟ ਵੀ ਘਟ ਜਾਏਗੀ। ਤੇ ਜਿਹੜਾ ਡਰੋਨ ਹੈ ਇਹ ਬਹੁਤ ਹੀ ਐਕੂਰੇਟ ਸਪਰੇ ਕਰਦਾ ਆ ਆਪਣੀ ਪ੍ਰੋਪਰ ਮੈਪਿੰਗ ਹੁੰਦੀ ਹੈ ਖੇਤ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਆਟੋ ਦੇ ਵਿੱਚ ਫਲਾਈ ਕੀਤਾ ਜਾਂਦਾ ਹੈ ਇਹ ਆਪਣੇ ਖੇਤ ਦਾ ਕੋਈ ਵੀ ਕੋਨਾ ਨਹੀਂ ਛੱਡਦਾ ਪ੍ਰੋਪਰ ਵੇ ਦੇ ਨਾਲ ਸਪਰੇ ਕਰਦਾ ਆ ਇਹਦਾ ਇੱਕ ਹੋਰ ਵੀ ਫਾਇਦਾ ਹੈ ਕਿ ਜਿਹੜੀ ਸਪਰੇ ਆ ਜਿੱਦਾਂ ਆਪਾਂ ਢੋਲੀਆਂ ਨਾ ਕਰਦੇ ਆ ਕਿ ਪੱਤਿਆਂ ਤੇ ਨਹੀਂ ਟਿਕਦੀ ਜ਼ਿਆਦਾਤਰ ਤਾਂ ਜ਼ਮੀਨ ਦੇ ਵਿੱਚ ਹੀ ਚਲੀ ਜਾਂਦੀ ਹੈ ਇਹਦੇ ਨਾਲ ਸਪਰੇ ਪ੍ਰੋਪਰ ਵੇ ਨਾਲ ਪੱਤਿਆਂ ਦੇ ਉੱਤੇ ਪਈਗੀ ਤੇ ਜਿਹੜਾ ਪੱਤਿਆਂ ਨੂੰ ਇਹਦਾ ਬੈਨੀਫਿਟ ਆ ਉਹ ਅੱਛੇ ਤਰੀਕੇ ਨਾਲ ਮਿਲੇਗਾ ਡਰੋਨ ਲੇਡੀ ਮਨਦੀਪ कौर ਦਾ ਕਹਿਣਾ ਹੈ ਕਿ ਇਸ ਡਰੋਨ ਸਦਕਾ ਉਹਨਾਂ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ ਤੇ ਹੁਣ ਉਹ ਬਾਕੀ ਮਹਿਲਾਵਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰ ਰਹੀ ਹੈ ਮੈਂ ਆਪਣੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਸੁਪਨੇ ਪੂਰੇ ਕਰੋ ਬਾਹਰ ਨਿਕਲੋ ਤੇ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਤੁਹਾਡਾ ਕੌਨਫੀਡੈਂਸ ਵੀ ਵਧੇਗਾ ਤੁਸੀਂ ਨਿਊ ਜਨਰੇਸ਼ਨ ਜਿਹੜੀ ਆ ਰਹੀ ਹੈ ਉਹਦੇ ਲਈ ਇੱਕ ਐਗਜ਼ਾਮਪਲ ਸੈੱਟ ਕਰੋਗੇ ਕੁਝ ਨਾ ਕੁਝ ਨਵਾਂ ਕਰਕੇ ਜਿਹੜੀ ਜਿੱਦਾਂ ਹਰ ਇੱਕ ਫੀਲਡ ਦੇ ਵਿੱਚ ਲੇਡੀਆਂ ਅੱਗੇ ਆ ਰਹੀਆਂ ਨੇ ਜੇ ਕਿਸਾਨੀ ਦੇ ਖੇਤਰ ਦੇ ਵਿੱਚ ਵੀ ਅੱਗੇ ਆਉਣਗੀਆਂ ਤੇ ਬਹੁਤ ਹੀ ਮਾਣ ਵਾਲੀ ਗੱਲ ਹੋਏਗੀ ਕਮਰਦੀਪ ਦਾ ਕਹਿਣਾ ਹੈ ਕਿ ਇਹ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਪਤਨੀ ਡਰੋਨ ਲੇਡੀ ਦੇ ਨਾਂ ਨਾਲ ਜਾਣੇ ਜਾਂਦੇ ਨੇ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਸਾਡੇ ਪਿੰਡ ਲਈ ਪੂਰੇ ਇਲਾਕੇ ਦੇ ਲਈ ਖੁਸ਼ੀ ਦੀ ਗੱਲ ਆ ਕਿ IFCO ਨੇ ਜੋ ਇੰਟਰਵਿਊ ਲਈ ਉਹਦੇ ਵਿੱਚ ਮੇਰੇ ਵਾਈਫਸ ਸਿਲੈਕਟ ਹੋਏ ਤੇ ਉਹਨਾਂ ਨੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ 15 ਦਿਨ ਉਹ ਗੁਰੂਗ੍ਰਾਮ ਤੋਂ ਟ੍ਰੇਨਿੰਗ ਲੈ ਕੇ ਆਏ ਡਰੋਨ ਡੈਸਟੀਨੇਸ਼ਨ ਤੋਂ ਤੇ ਉਸ ਤੋਂ ਬਾਅਦ ਸਾਨੂੰ IFCO ਦੇ ਵੱਲੋਂ ਡਰੋਨ ਦਿੱਤਾ ਗਿਆ ਜਿਸ ਦੇ ਵਿੱਚ ਕੀ ਵੀ ਦਿੱਤੀ ਗਈ ਤੇ ਨਾਲ ਬੈਟਰੀਆਂ ਸੀਗੀਆਂ ਤੇ ਨਾਲ ਜਨਰੇਟਰ ਸੈੱਟ ਸੀ ਮਨਦੀਪ ਕੌਰ ਨੂੰ ਸਿਖਲਾਈ ਦੇਣ ਵਾਲੀ IFCO ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਡਰੋਨ ਦੀਦੀ ਦੀ ਯੋਜਨਾ ਹੇਠ ਪੰਜਾਬ ਵਿੱਚ ਕਈ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਨਮਾ ਡਰੋਨ ਦੀਦੀ ਜਿਹੜੀ ਯੋਜਨਾ ਵੂਮਨ ਦਾ ਸਸ਼ਕਤੀਕਰਨ ਕਰਨਾ ਏਮਪਾਵਰਮੈਂਟ ਕਰਨਾ ਉਹ ਭਾਰਤ ਸਰਕਾਰ ਦੀ ਜਿਹੜੀ ਹੈ ਸਕੀਮ ਉਹਦੇ ਤਹਿਤ ਅਸੀਂ ਇਹਨਾਂ ਨੂੰ ਚੁਣਿਆ ਨਮਾ ਡਰੋਨ ਦੀਦੀ ਬਣਾਉਣ ਦੇ ਲਈ ਇਹ ਜ਼ਰੂਰੀ ਸ਼ਰਤਾਂ ਸੀ ਜਿਨ੍ਹਾਂ ਨੂੰ ਇਹ ਬੀਬੀ ਪੰਨੂ ਨੇ ਪੂਰਾ ਕੀਤਾ ਤੇ ਇਸ ਕਰਕੇ ਇਹਨਾਂ ਨੂੰ ਅਸੀਂ ਚੁਣਿਆ ਪੰਜਾਬ ਦੇ ਵਿੱਚ ਕੁੱਲ IFCO ਵੱਲੋਂ 23 23 ਇਸ ਤਰ੍ਹਾਂ ਦੀਆਂ ਬੀਬੀਆਂ ਨੂੰ ਅਸੀਂ ਸਿਲੇਕਟ ਕੀਤਾ ਔਰ ਨਮਨ ਡਰੋਨ ਦੀਦੀ ਦਾ ਜਿਹੜਾ ਉਹਨਾਂ ਨੂੰ ਖਤਾਬ ਮਿਲਿਆ ਔਰ ਇਹਨਾਂ ਨੂੰ ਅਸੀਂ ਇਫਕੋ ਵੱਲੋਂ ਡਰੋਨ ਦੀ ਜਿਹੜੀ ਯੋਜਨਾ ਸੀਗੀ ਉਹ ਯੋਜਨਾ ਤਹਿਤ ਪਹਿਲਾਂ ਇਹਨਾਂ ਨੂੰ ਅਸੀਂ ਪੂਰੀ ਟ੍ਰੇਨਿੰਗ ਦਿਵਾਈ ਜਿਹੜੀ 15 ਦਿਨ ਦੀ ਸੀ ਸੋ ਇਹ ਅਸਲ ਯੋਜਨਾ ਹੈ ਕਿ ਕਿਸਾਨਾਂ ਦਾ ਹੀ ਸੇਵਾ ਹੋਵੇ ਤੇ ਜਿਹੜੀ ਹੈਗੀ ਆ ਔਰਤਾਂ ਉਹਨਾਂ ਦੀ ਸਸ਼ਕਤੀਕਰਨ ਹੋਵੇ ਔਰ ਇਸ ਨੇਹਾ ਜਿਹੜਾ ਇਹ ਹਰ ਕਿਸਾਨ ਤੱਕ ਅਸੀਂ ਪਹੁੰਚਾ ਰਹੇ ਹਾਂ ਔਰ ਇਹਦੇ ਵਿੱਚ ਸਫਲਤਾ ਵੀ ਮਿਲ ਰਹੀ ਹੈ ਸਭ ਨੂੰ ਫੇਰ ਇਹੀ ਸੁਨੇਹਾ ਦਿਨਾ ਕਿ ਇਹੋ ਜੀਆਂ ਤਕਨੀਕਾਂ ਜਿਹੜੀਆਂ ਹਾਂ ਪੱਖੀ ਹੰਗਾਰਾ ਦਿੰਦੀਆਂ ਹੁਣ ਸਾਡੇ ਕਿੱਤਿਆਂ ਦੇ ਵਿੱਚ ਸਾਡੀ ਖੇਤੀ ਦੇ ਵਿੱਚ ਉਹਨਾਂ ਨੂੰ ਅਪਣਾਉਣਾ ਚਾਹੀਦਾ ਆ ਸੇਕੇ ਇਸ ਡਰੋਨ ਲੇਡੀ ਮੰਦੀਖ ਕੌਰ ਤੋਂ ਪ੍ਰੇਰਿਤ ਹੋ ਕੇ ਬਾਕੀ ਔਰਤਾਂ ਵੀ ਆਤਮ ਨਿਰਭਰ ਬਣਨ ਲਈ ਅੱਗੇ ਵਧਣਗੀਆਂ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਕੈਮਰਾਮੈਨ ਅਮਰ ਸਿੰਘ ਤੇ ਬਲਿੰਦਰ ਠਾਕੁਰ ਦੀ ਵਿਸ਼ੇਸ਼ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੱਖਣ ਪੰਜਾਬ ਦੀਆਂ ਸਿੰਜਾਈ ਲੋੜਾਂ ਦੀ ਪੂਰਤੀ ਲਈ ਨਵੀਂ ਨਹਿਰ ਮਾਲਵਾ ਕਨਾਲ ਪੁੱਟੀ ਜਾ ਰਹੀ ਹੈ ਸ੍ਰੀ ਮੁਕਸਦ ਸਾਹਿਬ ਵਿਖੇ ਮਾਲਵਾ ਨਹਿਰ ਦੇ ਚਲਦੇ ਕੰਮ ਦਾ ਜਾਇਜ਼ਾ ਲੈਣ ਮਗਰੋਂ ਇਕੱਠ ਨੂੰ ਸੰਬੋਧਨ ਕਰਦੇ ਆਉਣਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ ਏ ਜਿਸ ਕਾਰਨ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਚ ਤਬਦੀਲ ਹੋ ਗਏ ਨੇ ਭਗਵੰਤ ਮਾਨ ਨੇ ਕਿਹਾ ਕਿ ਤਕਰੀਬਨ 150 ਕਿਲੋਮੀਟਰ ਲੰਬੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਵਿੱਚ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਸੀਨੀਅਰ ਭਾਜਪਾ ਮੈਲਾ ਆਗੂਆਂ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਪਟਿਆਲਾ ਵਿੱਚ ਡਾਇਰਿਆ ਦੇ ਪ੍ਰਕੋਪ ਪ੍ਰਤੀ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਅਵੇਸਲੇ ਵਤੀਰੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰੀ ਅਣਦੇਖੀ ਦੇ ਚੱਲਦਿਆਂ ਬਹੁਤ ਸਾਰੇ ਵਸਨੀਕਾਂ ਦੀ ਸਿਹਤ ਤੇ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨਿਊ ਯਾਦਵਿੰਦਰਾ ਕਲੋਨੀ ਸਮੇਤ ਪਟਿਆਲਾ ਦੇ ਲੋਕਾਂ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਹੀ ਦੂਸ਼ਿਤ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਨਿਗਮ ਵੇਲੇ ਸਿਰ ਕਾਰਵਾਈ ਨਾ ਚੇ ਨਕਾਮ ਰਿਹਾ ਜਿਸ ਦੇ ਚਲਦਿਆਂ ਵੱਡੀ ਗਿਣਤੀ ਚ ਲੋਕਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਬਕਾ ਵਿਦੇਸ਼ ਰਾਜ ਮੰਤਰੀ ਪੰਨੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਇਸ ਮਾਮਲੇ ਦੇ ਚੁੱਪੀ ਤੇ ਸਵਾਲ ਖੜੇ ਕੀਤੇ ਨੇ ਦੂਜੇ ਪਾਸੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਂਦਰ ਕੌਰ ਨੇ ਇਸਲਾਹ ਪ੍ਰਵਾਈ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਮ੍ਰਿਤਕਾਂ ਦੇ ਪਰਿਵਾਰਾਂ ਲਈ ਠੁਕਮਾ ਮੁਆਫਜ਼ਾ ਦੇਣ ਅਤੇ ਪ੍ਰਭਾਵਿਤ ਲੋਕਾਂ ਦਾ ਮੁਫਤ ਇਲਾਜ ਕਰਨ ਦੀ ਮੰਗ ਕੀਤੀ ਹੈ ਭਾਰਤੀ ਰੇਲਵੇ ਨੇ ਪੰਜਾਬ ਲਈ ਆਪਣੇ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਵਾਅਦਾ ਕਰਨ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਹੈ ਜਿਹੜਾ ਰੇਲ ਨੈਟਵਰਕ ਦੇ ਆਧੁਨਿਕੀਕਰਨ ਅਤੇ ਖੇਤਰੀ ਕਨੈਕਟੀਵਿਟੀ ਨੂੰ ਹੋਰ ਮਿਆਰੀ ਬਣਾਉਣ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਰੇਲਵੇ ਵਿਭਾਗ ਦੇ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਪੰਜਾਬ ਦੇ ਰੇਲਵੇ ਲਈ ਬਜਟ ਅਲਾਟਮੈਂਟ ਵਿੱਚ ਜ਼ਬਰਦਸਤ ਵਾਅਦਾ ਹੋਇਆ ਹੈ ਸਾਲਾਨਾ ਔਸਤ ਬਜਟ ਖਰਚਾ 2009 ਤੋਂ 2014 ਦੌਰਾਨ दो सौ पच्ची करोड़ रुपए तो बद के 2024 हज़ार चौबीस माली साल में पाँच हज़ार एक सौ संताली करोड़ रुपए हो गया है यह तेई गुणा वाधा राज रेलवे के बुनियादी ढांचे अपग्रेड करने यत्ना रेखांकित करता है वर्ष दो हज़ार चौबीस पच्चीस में पंजाब राज को पाँच हज़ार एक सौ सैंतालीस करोड़ रुपए का बजट आवंटित किया गया है वर्तमान में पंजाब में करीब बीस हजार करोड़ रुपए की रेल परियोजनाएँ चल रही हैं इसके साथ ही साथ पंजाब में तीस थर्टी रेलवे स्टेशन को अमृत स्टेशन के अंतर्गत विकसित किया जा रहा है इसमें फिरोजपुर मंडल के पंद्रह स्टेशन शामिल हैं जैसे फाजिलका, फिरोजपुर। महिला निशानेबाज मनु भाकर ने औरतों दस मीटर एयर पिस्टल मुकाबले के फाइनल से दाखिला हासिल कर लिया है मनु भाकर ने पांच सौ अस्सी अंकों तीजे स्थान ते रहा फाइनल से थान पक्की की कल दोपहर तो साढ़े तीन बजे होगा ਓਲੰਪਿਕ ਦੇ ਫਾਈਨਲ 'ਚ ਪੁੱਜਣ ਵਾਲੀ ਮਨੂ ਪਾਕਰ ਪਹਿਲੀ ਮੈਲਾ ਨਿਸ਼ਾਨੇਬਾਜ਼ ਬਣ ਗਈ ਹੈ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਕਾਮਨਾ ਕੀਤੀ ਹੈ ਕਿ ਉਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰਨਗੇ ਉਹਨਾਂ ਨੇ ਹਰੇਕ ਖਿਡਾਰੀ ਨੂੰ ਭਾਰਤ ਦਾ ਮਾਣ ਦੱਸਿਆ ਅਤੇ ਉਮੀਦ ਜਤਾਈ ਕਿ ਉਹ ਅਸਲ ਖੇਡ ਭਾਵਨਾ ਨੂੰ ਧਾਰਨ ਕਰਨਗੇ ਦੂਜੇ ਪਾਸੇ ক্রিকেট ਖਿਡਾਰੀ ਸਚਿਨ ਤੰਦੁਲਕਰ ਨੇ ਕਿਹਾ ਹੈ ਕਿ ਭਾਰਤ ਦੇ 117 ਖਿਡਾਰੀਆਂ ਤੋਂ ਬਹੁਤ ਉਮੀਦਾਂ ਨੇ ਅਤੇ ਉਹ ਯਕੀਨੀ ਤੌਰ ਤੇ ਉਮੀਦਾਂ ਦੇ ਖਰੇ ਉਤਰਨਗੇ। T20 ਵਿਸ਼ਵ ਕੱਪ ਜੇਤੂ ক্রিকেট ਟੀਮ ਦੇ ਮੈਂਬਰਾਂ ਨੇ ਵੀ ਭਾਰਤੀ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਸ਼੍ਰੀਲੰਕਾ ਦੇ ਦੌਰੇ ਤੇ ਗਈ ਭਾਰਤੀ ক্রিকেট ਟੀਮ ਮੌਜੂਦਾ T20 ਕੋਮਾਂਟਰੀ ক্রিকেট ਲੜੀ ਦੇ ਪਹਿਲੇ ਮੈਚੇ ਮੇਜ਼ਬਾਨ ਟੀਮ ਖਿਲਾਫ ਅੱਜ ਸ਼ਾਮ 7 ਵਜੇ ਮੈਦਾਨ 'ਤੇ ਉਤਰੇਗੀ ਇਸ ਲੜੀ ਦੇ ਨਾਲ ਹੀ ਨਵੇਂ ਮੁਕੋਚ ਗੌਤਮ ਗੰਭੀਰ ਅਤੇ T20 ਟੀਮ ਦੇ ਨਵੇਂ ਕਪਤਾਨ ਸੂਰਜ ਕੁਮਾਰ ਯਾਦਵ ਆਪਣੀ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕਰਨਗੇ ਖਬਰਾਂ ਦੇ ਬੁਲਟਿਨ ਸਾਡੇ ਦਰਸ਼ਕਾਂਾਰੇ ਨੀ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ